ਸਤਿ ਸ਼੍ਰੀ ਅਕਾਲ ਜੀ, ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਦੀ ਸਟਾਈਲਿਸ਼ ਦੀ। ਅਤੇ ਅੱਜ ਆਪਾਂ ਫਿਰ ਤੁਹਾਨੂੰ ਬਹੁਤ ਹੀ ਪਿਆਰੇ ਜਿਹੇ ਡਿਜ਼ਾਇਨ ਹੈ ਜਿਹੜੇ ਤੁਹਾਨੂੰ ਅਲੱਗ ਅਲੱਗ ਕਲਰ ਕੰਬੀਨੇਸ਼ਨ 'ਤੇ ਦਿਖਾ ਰਹੇ ਹਾਂ। ਸੋ ਜਿਸ ਨੂੰ ਵੀ ਇਸ ਸੂਟ ਪਸੰਦ ਹੈ ਜੀ, ਕਿਸੇ ਵੀ ਕਲਰ ਕੰਬੀਨੇਸ਼ਨ 'ਤੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਹੈ ਜਿਹੜੇ ਬਣਾ ਸਕਦੇ ਹੋ। ਸੋ ਇਹ ਅਲੱਗ ਅਲੱਗ ਸਟੱਫ ਦੇ ਉੱਪਰ ਹੈ ਜੀ, ਜਿਵੇਂ ਕਿ ਜੋਰਜਟ ਹੈ, ਸੋ ਸੈਮੀ ਗ੍ਰੇਵ ਹੈ, ਸੈਮੀ ਗ੍ਰੇਵ ਹੈ, ਫਾਈਨ ਵਾਲੀ ਗ੍ਰੇਵ ਹੈ ਜਿਹੜੀ ਅਸੀਂ ਸੈਮੀ ਦੇ ਵਿੱਚ ਆਉਂਦੀ ਹੈ। ਸੋ ਉਹਨੂੰ ਲਾਉਂਦੇ ਹਾਂ। ਕਈ ਵਾਰ ਕੋਈ ਜਿਹੜਾ ਗ੍ਰੇਵ ਨੂੰ ਸੈਮੀ ਨੂੰ ਪਿਓਰ ਗ੍ਰੇਵ ਕਹਿੰਦਾ ਹੈ, ਸੋ ਉਹ ਨਹੀਂ ਹੈਗੀ ਜੀ, ਪਿਓਰ ਗ੍ਰੇਵ ਨਹੀਂ ਹੈਗੀ। ਅਸੀਂ ਜੇ ਪਿਓਰ ਤੋਂ ਜਿਹੜੀ ਨੀਚੇ ਵਾਲੀ ਕੁਆਲਿਟੀ ਆਉਂਦੀ ਹੈ, ਸੋ ਉਹਨੂੰ ਸੈਮੀ ਗ੍ਰੇਵ ਬੋਲਦੇ ਹਾਂ। ਔਰ ਸੈਮੀ ਗ੍ਰੇਵ ਦਾ ਇਹ ਮਤਲਬ ਨਹੀਂ ਹੈਗਾ ਕਿ ਅਸੀਂ ਬਹੁਤ ਡਾਰਕ ਗ੍ਰੇਵ ਲਾਉਂਦੇ ਹਾਂ, ਅਸੀਂ ਸਭ ਤੋਂ ਫਾਈਨ ਕੁਆਲਿਟੀ ਦੀ ਜਿਹੜੀ ਗ੍ਰੇਵ ਹੈਗੀ ਆ ਉਹ ਯੂਜ਼ ਕਰਦੇ ਹਾਂ। ਸੋ ਇਹ ਹੈਗਾ ਜੀ ਜੋਰਜਟ ਦੇ ਉੱਪਰ ਆਰੀ ਵਰਕ ਦਾ ਕੰਮ ਆ, ਬਹੁਤ ਹੀ ਬਰੀਕ ਗੋਲਡਨ ਤਿੱਲੇ ਨਾਲ ਹੋਇਆ ਹੋਇਆ ਵਰਕ ਹੈ। ਔਰ ਇਸ ਤਰ੍ਹਾਂ ਇਹਦੇ ਬਾਜੂ ਦੇ ਡਿਜ਼ਾਇਨ ਇਸ ਤਰ੍ਹਾਂ ਇਹਦੇ ਡਬਲ ਕੀਤੇ ਹੋਏ ਆ। ਸੋ ਇਹਦਾ ਦੁਪੱਟਾ ਜਿਹੜਾ ਜੀ ਕਾਫੀ ਹੈਵੀ ਹੈ, ਔਰਗੈਂਜ਼ਾ ਦਾ ਦੁਪੱਟਾ ਹੈਗਾ, ਕਾਫੀ ਹੈਵੀ ਬਣਿਆ ਹੋਇਆ। ਸੋ ਇਸ ਤਰ੍ਹਾਂ ਫੋਰ ਸਾਈਡ ਜਿਹੜਾ ਵਰਕ ਕੀਤਾ ਹੋਇਆ ਇਸ ਤਰ੍ਹਾਂ। ਸੋ ਇਹ ਸਾਰੇ ਦੇ ਵਿੱਚ ਜਿਹੜਾ ਸੈਂਟਰ ਪੈਨਲ ਬਣਦਾ ਹੈਗਾ, ਇਸ ਤਰ੍ਹਾਂ ਇਹਦੇ ਵਿੱਚ ਗੋਟੇ ਔਰ ਆਰੀ ਦਾ ਵਰਕ ਹੋਇਆ ਹੋਇਆ। ਸੋ ਇਹ ਬਹੁਤ ਹੀ ਪਿਆਰਾ ਜਿਹਾ ਮਸਟਰਡ ਸ਼ੇਡ ਬਣਿਆ ਹੋਇਆ ਜੀ। ਇਹਦੀ ਬੋਟਮ ਦੇ ਵਿੱਚ ਆਪਾਂ ਇਸ ਤਰ੍ਹਾਂ ਬੋਟਮ ਨੂੰ ਪਿੰਟੈਕਸ ਦੇ ਕੇ ਗੋਲਡਨ ਲੇਸ ਦੇ ਕੇ ਫਿਨਿਸ਼ ਕੀਤਾ ਹੋਇਆ। ਸੋ ਇਹ ਬਹੁਤ ਹੀ ਪਿਆਰਾ ਲੱਗਦਾ। ਬਾਕੀ ਅਸੀਂ ਜੀ ਸਟਰੇਟ ਬੋਟਮ ਦੇ ਵਿੱਚ ਬਣਾਉਂਦੇ ਹਾਂ ਡਿਜ਼ਾਇਨ। ਜਿਹੜੀ ਪੌਂਚੇ ਵਾਲੀ ਸਲਵਾਰ ਹੁੰਦੀ ਹੈ ਉਹਦੇ ਵਿੱਚ ਥੋੜ੍ਹਾ ਜਿਹਾ ਇਹ ਹੈਵੀ ਹੋ ਜਾਂਦੀ ਹੈ, ਸੋ ਇੰਨਾ ਵਧੀਆ ਨਹੀਂ ਲੱਗਦਾ। ਅਗਰ ਤੁਸੀਂ ਬਣਾਉਣਾ ਤਾਂ ਸਟਰੇਟ ਬੋਟਮ ਦੇ ਵਿੱਚ ਟਰਾਈ ਕਰ ਸਕਦੇ ਹੋ। ਸੋ ਇਹ ਹੈਗਾ ਜੀ ਆਪਣਾ ਮੋਸਟ ਫੇਵਰੇਟ ਜਿਹੜਾ ਸੂਟ ਹੈ, ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ। ਬਹੁਤ ਜ਼ਿਆਦਾ ਸੂਟ ਆ ਜਿਹੜੇ ਇਹ ਬਣਾ ਕੇ ਭੇਜ ਚੁੱਕੇ ਹਾਂ। ਔਰ ਕਈ ਵਾਰ ਤਾਂ ਕੀ ਹੁੰਦਾ ਕਿ ਅਸੀਂ ਸੇਮ ਜਿਹੜੇ ਵਰਕ ਹੁੰਦੇ ਆ, ਸੇਮ ਕਲਰ ਹੁੰਦੇ ਆ, ਸੋ ਉਹਦੀ ਵੀਡੀਓ ਵੀ ਨਹੀਂ ਬਣਾਉਂਦੇ, ਕਿਉਂਕਿ ਕਾਫੀ ਵਾਰ ਅਸੀਂ ਜਿਹੜੇ ਅਪਲੋਡ ਕਰ ਚੁੱਕੇ ਹਾਂ। ਸੋ ਇਹ ਦੇਖੋ ਜੀ, ਇਹ ਇਸ ਤਰ੍ਹਾਂ ਡਿਜ਼ਾਇਨਿੰਗ ਹੈ ਉੱਪਰ ਤੱਕ। ਇਹਨੂੰ ਬਹੁਤ ਵਾਰ ਸਾਰੇ ਮੈਨੂੰ ਕਹਿੰਦੇ ਹੈਗੇ ਕਿ ਬਹੁਤ ਕਾਪੀ ਵੀ ਕੀਤਾ ਹੋਇਆ ਡਿਜ਼ਾਇਨ ਹੈ, ਪਰ ਜੋ ਅਸੀਂ ਬਣਾਉਂਦੇ ਹਾਂ ਸੋ ਉਹ ਬਹੁਤ ਹੀ ਡਿਫਰੈਂਟ ਔਰ ਇਹ ਐਲੀਗੈਂਟ ਜਿਹਾ ਸੂਟ ਬਣਦਾ ਹੈਗਾ। ਸੋ ਇਹ ਜਿਹੜਾ ਬੈਕ 'ਤੇ ਕਟ ਵਰਕ ਹੈਗਾ ਜੀ, ਇਸ ਤਰ੍ਹਾਂ ਇਹਨੂੰ ਪੋਟਲੀ ਦੇ ਕੇ ਇਹਨੂੰ ਇਸ ਤਰ੍ਹਾਂ ਫਿਨਿਸ਼ ਕੀਤਾ ਹੋਇਆ। ਨੀਚੇ ਆ ਜਿਹੜਾ ਇਸ ਤਰ੍ਹਾਂ ਸਕਾਈ ਕਲਰ ਦੀ ਅਸੀਂ ਪੱਟੀ ਲਗਾ ਕੇ ਇਹਨੂੰ ਫਿਨਿਸ਼ ਕਰਦੇ ਹਾਂ। ਸੋ ਇਹਦੇ ਬੋਟਮ ਦੇ ਸਟਰੇਟ ਦੇ ਉੱਪਰ ਵੀ ਇਸ ਤਰ੍ਹਾਂ ਵਰਕ ਹੈਗਾ ਜੀ। ਸੋ ਇਹ ਬਹੁਤ ਹੀ ਪਿਆਰਾ ਲੱਗਦਾ। ਇਸ ਤਰ੍ਹਾਂ ਇਹਦੇ ਜਿਹੜਾ ਦੁਪੱਟੇ 'ਤੇ ਵਰਕ ਹੈਗਾ, ਇਸ ਤਰ੍ਹਾਂ ਸਾਰੇ ਦੁਪੱਟੇ ਦੇ ਵਿੱਚ ਇਹ ਜਿਹੜੇ ਫਲਾਰ ਆ ਜਾਂਦੇ ਆ, ਸੈਂਟਰ 'ਚ ਵੀ ਫਿਰ ਫਲਾਰ ਆ ਜਾਂਦੇ ਆ। ਅਸੀਂ ਸਾਰੇ ਦੁਪੱਟੇ ਦੇ ਵਿੱਚ ਫੋਰ ਸਾਈਡ ਕੱਟ ਵਰਕ ਔਰ ਵਿੱਚ ਜਿਹੜੇ ਫਲਾਰ ਦਿੱਤੇ ਹੋਏ ਆ। ਸੋ ਇਹ ਬਹੁਤ ਹੀ ਪਿਆਰਾ ਜਿਹਾ ਜਿਹੜਾ ਪੀਸ ਬਣ ਕੇ ਰੈਡੀ ਹੁੰਦਾ। ਔਰ ਨੈਕਸਟ ਸੂਟ ਹੈਗਾ ਜੀ ਬਿਲਕੁਲ ਆਫ ਵਾਈਟ ਸ਼ੇਡ 'ਤੇ, ਸੋ ਇਹਨੂੰ ਤੁਸੀਂ ਗ੍ਰੀਨ ਕਲਰ ਵੀ ਨਹੀਂ ਕਹਿ ਸਕਦੇ, ਆਫ ਵਾਈਟ ਸ਼ੇਡ ਹੈ। ਸੋ ਇਸ ਤਰ੍ਹਾਂ ਇਹ ਜਿਹੜੀ ਫਲਾਰ ਹੈਗੀ ਆ ਉੱਪਰ ਤੱਕ
ਫਲਾਰ ਆਉਂਦੇ ਹੈਗੇ ਸ਼ਰਟ ਦੇ ਵਿੱਚ, ਬਾਜੂ 'ਤੇ ਵੀ ਇਸੇ ਤਰ੍ਹਾਂ ਦਾ ਫਲਾਰ ਹੈਗਾ ਜੀ ਇਸ ਤਰ੍ਹਾਂ। ਔਰ ਇਹਦਾ ਦੁਪੱਟਾ ਵੀ ਕਾਫੀ ਹੈਵੀ ਹੈ, ਸੋ ਇਹਦੀ ਵੀ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਆਉਂਦੀ ਹੈ ਜਦੋਂ ਤੁਸੀਂ ਵੀਅਰ ਕਰਦੇ ਹੋ। ਇਸ ਤਰ੍ਹਾਂ ਇਹ 4 ਸਾਈਡ ਕੱਟ ਵਰਕ, ਤਿੰਨ ਤਿੰਨ ਫਲਾਰ ਦਿੱਤੇ ਹੋਏ ਹੈ ਜੀ। ਇਹ ਦੂਸਰੀ ਸਾਈਡ ਵੀ ਪੱਲੇ ਦੇ ਉੱਪਰ 3 ਫਲਾਰ ਹੈ। ਸਾਰੇ ਦੁਪੱਟੇ ਦੇ ਵਿੱਚ ਹੈ ਜਿਹੜਾ ਸਿੱਪੀ ਦੀਆਂ ਲਾਈਨਸ ਹੈ, ਸੋ ਇਹ ਬਹੁਤ ਹੀ ਪਿਆਰਾ ਜਿਹਾ ਡਿਫਰੈਂਟ ਜਿਹਾ ਸੋਬਰ ਸਟਾਈਲਿਸ਼ ਜਿਹੜਾ ਲਾਈਟ ਕਲਰ ਕੰਬੀਨੇਸ਼ਨ ਦੇ ਵਿੱਚ ਹੈ ਜਿਹੜਾ ਸੂਟ ਬਣਦਾ ਹੈਗਾ, ਇਹ ਦੇਖ ਸਕਦੇ ਹੋ ਤੁਸੀਂ ਇਹ ਵਿੱਚ ਹੈਂਡਵਰਕ ਪਲੱਸ ਮਸ਼ੀਨ ਹੋ ਜਾਏ। ਸੋ ਨੈਕਸਟ ਹੈਗਾ ਜੀ ਜਾਰਜਟ ਦੇ ਉੱਪਰ, ਆਪਾਂ ਤੁਹਾਡੇ ਨਾਲ ਇਸ ਤਰ੍ਹਾਂ ਇਹਦੇ ਨੀਚੇ ਕੱਟ ਵਰਕ ਕੀਤਾ ਹੋਇਆ, ਸਾਈਡਸ 'ਤੇ 2 ਫਲਾਰ ਆਉਂਦੇ ਆ, ਇਹ ਥੋੜ੍ਹੇ ਹਿਪ ਤੋਂ ਉੱਪਰ ਤੁਹਾਡੇ ਫਲਾਰ ਆਉਣਗੇ, ਉੱਪਰ ਤੁਸੀਂ ਕਲਾ ਕੱਟ ਕੇ ਪੋਟਲੀ ਦੇ ਸਕਦੇ। ਸੋ ਇਹ ਬਹੁਤ ਹੀ ਪਿਆਰਾ ਜਿਹਾ ਡਿਜ਼ਾਇਨ ਹੈ। ਇਸ ਤਰ੍ਹਾਂ ਨੀਚੇ ਜਿਹੜਾ ਕੱਟ ਵਰਕ ਹੁੰਦਾ ਬਾਜੂ 'ਤੇ ਵੀ, ਇਹਦੇ ਇਸ ਤਰ੍ਹਾਂ ਡਿਜ਼ਾਇਨ ਹੈਗਾ ਜੀ। ਔਰ ਇਹਦੇ ਨਾਲ ਅਸੀਂ ਦੁਪੱਟਾ ਜਿਹੜਾ ਟਾਈ ਡਾਈ ਕਰਕੇ ਲੇਸਿਸ ਦਿੱਤੀਆਂ ਹੋਈਆਂ। ਸੋ ਅਸੀਂ ਕੋਟਨ ਦੇ ਨਾਲ ਸੁਪਰ ਨੈਟ ਦਾ ਦੁਪੱਟਾ ਲਾਉਂਦੇ ਹਾਂ ਜੀ, ਟੈਬੀ ਦਾ ਲਾਈਨਸ ਵਾਲਾ ਦੁਪੱਟਾ ਲਾਉਂਦੇ ਹਾਂ, ਕਿਉਂਕਿ ਕਾਫੀ ਆਪਸ਼ਨਸ ਆ ਜਾਂਦੀਆਂ ਜਿਵੇਂ ਜਾਰਜਟ ਦੇ ਹਲਕੇ ਫੁਲਕੇ ਸੂਟਸ ਨਾਲ। ਸੋ ਉਸ ਤਰ੍ਹਾਂ ਦੇ ਅਸੀਂ ਦੁਪੱਟੇ ਲਗਾਉਂਦੇ ਹਾਂ। ਜੇ ਤੁਸੀਂ ਔਰਗੈਂਜ਼ਾ ਚਾਹੋਗੇ, ਔਰਗੈਂਜ਼ਾ ਅਸੀਂ ਪਿਓਰ ਹੀ ਲਗਾਉਂਦੇ ਹਾਂ, ਜਨੌਨ ਅਸੀਂ ਪਿਓਰ ਹੀ ਲਗਾਉਂਦੇ ਹਾਂ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਆਂ ਨਵੀਆਂ ਜਿਹੜੀਆਂ ਕਲੈਕਸ਼ਨ ਆ ਸ਼ੇਅਰ ਕਰਦੇ ਰਹਾਂਗੇ, ਸੋ ਬਣੇ ਰਹਿਣਾ ਚਾਹੁੰਦੀ ਸਟਾਈਲਿਸ਼ 'ਤੇ। ਔਰ ਆਪਣੀ ਇੰਸਟਾ ਦੀ ਆਈ ਡੀ ਜਿਹੜੀ ਡਿਸਕ੍ਰਿਪਸ਼ਨ ਦੇ ਵਿੱਚ ਹੋਊਗੀ, ਤੁਸੀਂ ਉੱਥੇ ਜਾ ਕੇ ਆਪਣੇ ਇੰਸਟਾ ਦੇ ਪੇਜ ਨੂੰ ਫੋਲੋ ਕਰ ਸਕਦੇ ਹੋ, ਜੋ ਕਿ ਯੂਨੀਕ ਕ੍ਰੀਏਸ਼ਨ ਬੁਟੀਕ ਦੇ ਨਾਮ 'ਤੇ ਹੈ। ਕਈ ਵਾਰ ਕਿਸੇ ਦਾ ਵੀਡੀਓ ਦੇਖਣ ਦਾ ਟਾਈਮ ਨਹੀਂ ਹੁੰਦਾ, ਤਾਂ ਸੋ ਅਸੀਂ ਉਹਨਾਂ ਲਈ ਇੰਸਟਾ 'ਤੇ ਡੇਲੀ ਅਪਲੋਡ ਕਰਦੇ ਹਾਂ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਇਨਿੰਗ ਸ਼ੇਅਰ ਕਰਦੇ ਰਹਾਂਗੇ, ਸੋ ਬਣੇ ਰਹੋ ਮੇਰੇ ਚੈਨਲ ਦੀ ਸਟਾਈਲਿਸ਼ ਦੀ ਵੀਡੀਓ ਵਾਚ ਕਰਨ ਲਈ। ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮਚ।